ਇਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਨੂੰ ਲੈ ਕੇ ਨੌਜਵਾਨਾਂ ਦਾ ਧਰਨਾ ਜਾਰੀ ਹੈ। ਨੌਜਵਾਨਾਂ ਨੇ ਸੀਐਮ ਭਗਵੰਤ ਮਾਨ ਦੇ ਘਰ ਦੇ ਅੱਗੇ ਧਰਨਾ ਲਗਾਇਆ ਹੋਇਆ। ਸੰਗਰੂਰ ਦੇ ਵਿੱਚ ਮਾਨ ਦੀ ਰਿਹਾਇਸ਼ ਦੇ ਬਾਅਦ ਨੌਜਵਾਨਾਂ ਨੇ ਆਪਣੀ ਰਾਤ ਬਿਤਾਈ ਅਤੇ ਇੱਥੇ ਆਪਣਾ ਰੋਸ ਜਤਾਉਂਦੇ ਨਜ਼ਰ ਆਏ। ਪਾਣੀ ਵਾਲੀ ਟੰਕੀ ਤੇ ਹਾਲੇ ਵੀ 8 ਪ੍ਰਦਰਸ਼ਨਕਾਰੀ ਡਟੇ ਹੋਏ ਨੇ, ਲੇਕਿਨ ਫਿਲਹਾਲ ਕੋਈ ਸਾਰ ਹੁਣ ਤੱਕ ਨਹੀਂ ਲਈ ਗਈ। ਇਹਨਾਂ ਨੌਜਵਾਨਾਂ ਨੇ ਕਿਹਾ ਕਿ ਜਦੋਂ ਤੱਕ ਸੀਐਮ ਉਹਨਾਂ ਨੂੰ ਭਰੋਸਾ ਨਹੀਂ ਦਿੰਦੇ ਉਦੋਂ ਤੱਕ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਦੱਸ ਦਈਏ ਕਿ ਇਹ ਪ੍ਰਦਰਸ਼ਨ ਜਿਹੜਾ ਹੈ ਲਗਾਤਾਰ ਜਾਰੀ ਹੈ, ਜਿੱਥੇ ਕਿ ਪੰਜਾਬ ਪੁਲਿਸ ਵਿੱਚ ਭਰਤੀ ਨੂੰ ਲੈ ਕੇ ਨੌਜਵਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ। ਨੌਜਵਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਦੇ ਅੱਗੇ ਇਹ ਧਰਨਾ ਲਗਾਇਆ ਹੋਇਆ। ਪੰਜਾਬ ਪੁਲਿਸ ਵਿੱਚ ਭਰਤੀ ਨੂੰ ਲੈ ਕੇ ਨੌਜਵਾਨਾਂ ਦਾ ਧਰਨਾ ਜੋ ਲਗਾਤਾਰ ਜਾਰੀ ਹੈ, ਤੇ ਸੰਗਰੂਰ ਵਿੱਚ ਮਾਨ ਦੀ ਰਿਹਾਇਸ਼ ਦੇ ਬਾਅਦ ਨੌਜਵਾਨਾਂ ਨੇ ਇੱਥੇ ਆਪਣੀ ਰਾਤ ਬਿਤਾਈ। ਪਾਣੀ ਵਾਲੀ ਟੰਕੀ ਤੇ ਦੱਸੇ ਹਾਲੇ ਵੀ 8 ਪ੍ਰਦਰਸ਼ਨਕਾਰੀ ਡਟੇ ਹੋਏ ਨੇ, ਆਪਣਾ ਰੋਸ ਵੀ ਜਤਾ ਰਹੇ ਨੇ ਤੇ ਆਪਣੀ ਮੰਗਾਂ ਨੂੰ ਲੈ ਕੇ ਆਵਾਜ਼ ਚੁੱਕੇ ਨੇ। ਇਹਨਾਂ ਨੌਜਵਾਨਾਂ ਨੇ ਮੰਗ ਕੀਤੀ ਕਿ ਜਦੋਂ ਤੱਕ ਮੁੱਖ ਮੰਤਰੀ ਭਰੋਸਾ ਨਹੀਂ ਦਿੰਦੇ ਉਦੋਂ ਤੱਕ ਉਹਨਾਂ ਦਾ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ। ਪ੍ਰਦਰਸ਼ਨ ਲਗਾਤਾਰ ਜਾਰੀ ਹੈ, ਰਾਤ ਭਰ ਇੱਥੇ ਇਹ ਡਟੇ ਰਹੇ ਨੇ ਆਪਣੀ ਮੰਗਾਂ ਨੂੰ ਲੈ ਕੇ। ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਦੀ ਰਿਹਾਇਸ਼ ਜੋ ਉਹਨਾਂ ਦੀ ਹੈ ਉਸ ਦੇ ਬਾਹਰ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ। ਦੋ ਹਜ਼ਾਰ 16-17 ਦੇ ਜਿਹੜੇ ਸਾਡੇ ਭਰਤੀ ਦਾ ਰੋਲ ਹੈ ਉਹਦੇ ਕਰਕੇ ਅਸੀਂ ਇੱਥੇ ਬੈਠੇ ਹਾਂ। ਸਾਨੂੰ ਜਿਹੜੀ ਕਿ ਜੁਆਇਨਿੰਗ ਨਹੀਂ ਦਿੱਤੀ ਜਾ ਰਹੀ, ਅਸੀਂ ਪ੍ਰੋਟੈਸਟ ਕਰ ਰਹੇ ਹਾਂ ਬਹੁਤ ਲੰਮੇ ਸਮੇਂ ਤੋਂ, ਜਿਹਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ। ਇਸ ਕਰਕੇ ਹੁਣ ਅਸੀਂ ਸ਼ਾਂਤਮਈ ਤਰੀਕੇ ਨਾਲ ਸੀਐਮ ਹਾਊਸ ਦੇ ਬਾਹਰ ਆਣ ਕੇ ਬੈਠੇ ਹਾਂ ਤਾਂ ਕਿ ਸਾਡੀ ਇੱਕ ਵਾਰ ਸੀਐਮ ਸਾਹਿਬ ਨਾਲ ਮੀਟਿੰਗ ਕਰਾ ਦਿੱਤੀ ਜਾਏ, ਅਤੇ ਸਾਨੂੰ ਭਰੋਸਾ ਪੂਰਾ ਆ ਕਿ ਸਾਡੀ ਉਹਨਾਂ ਨਾਲ ਮੀਟਿੰਗ ਕਰਾ ਦਿੱਤੀ ਜਾਏਗੀ, ਸੀਐਮ ਸਾਹਿਬ ਤੱਕ ਇਹ ਖਬਰ ਜਿਹੜੀ ਹੈ ਜਲਦੀ ਪਹੁੰਚਾ ਦਿੱਤੀ ਜਾਏਗੀ। 2-3 ਦਿਨ ਹੋ ਗਏ, 3 ਦਿਨਾਂ ਸੰਗਰੂਰ ਪੱਕਾ ਮੋਰਚਾ ਲਾਇਆ ਹੋਇਆ ਅਤੇ ਸਾਨੂੰ ਇੱਕ ਲਾਰਿਆਂ ਤੌਰ 'ਤੇ ਮੀਟਿੰਗਾਂ ਦੇ ਰਹੇ ਆ। ਸਾਨੂੰ ਕਦੇ ਚੰਡੀਗੜ੍ਹ ਭੇਜ ਦਿੰਦੇ ਆ, ਕਦੇ ਪਟਿਆਲੇ ਭੇਜ ਦਿੰਦੇ ਆ, ਸਾਡੀ ਸੀਐਮ ਸਾਹਿਬ ਨਾਲ ਕੋਈ ਮੀਟਿੰਗ ਨਹੀਂ ਹੁੰਦੀ। ਉਸ ਤੋਂ ਅੱਕ ਕੇ ਹੁਣ ਇੱਥੇ ਅਸੀਂ ਪੱਕਾ ਮੋਰਚਾ ਲਾ ਤੇ, ਜਦ ਤੱਕ ਸੀਐਮ ਸਾਹਿਬ ਖੁਦ ਸਾਡੇ ਕੋਲ ਚੱਲ ਕੇ ਨਹੀਂ ਆਉਂਦੇ ਅਸੀਂ ਆ ਮੋਰਚਾ ਨਹੀਂ ਪੱਟਾਂਗੇ ਇੱਥੋਂ ਹੀ। ਜੋ ਆਮ ਆਦਮੀ ਦੇ ਵਰਕਰ ਸੀ ਜੋ ਪਹਿਲਾਂ ਕਹਿੰਦੇ ਸੀ ਅਸੀਂ ਬੇਰੁਜ਼ਗਾਰੀ ਨੂੰ ਲੈ ਕੇ ਧਰਨੇ ਨਹੀਂ ਲੱਗਣ ਦੇਵਾਂਗੇ, ਹੁਣ ਪਿਛਲੇ ਸਭ ਤੋਂ ਪਹਿਲਾਂ ਅਸੀਂ ਇੱਥੇ ਧਰਨਾ ਲਾ ਚੁੱਕੇ ਹਾਂ ਅਤੇ ਸਾਡੀ ਕੋਈ ਵੀ ਆਮ ਆਦਮੀ ਵਰਕਰ ਲੈ ਲਓ ਜਾਂ ਇੱਥੋਂ ਦੇ MLA ਲਓ ਜਾਂ ਸੀਐਮ ਸਾਹਿਬ ਦਾ ਕੋਈ ਵੀ ਨੁਮਾਇੰਦਾ ਸਾਡੇ ਕੋਲ ਮੀਟਿੰਗ ਦਾ ਫਰਮਾਨ ਲੈ ਕੇ ਨਹੀਂ ਆਇਆ ਵੀ ਸੀਐਮ ਸਾਹਿਬ ਤੁਹਾਨੂੰ ਬੁਲਾ ਰਹੇ ਹੈ, ਤੁਹਾਡੀਆਂ ਮੰਗਾਂ ਮੰਨ ਰਹੇ ਆ ਜੀ।